دعائے حجت خدا، بسم اللہ الرحمن الرحیم، علامہ کل بلی کل حجت بن الحسن علیہ السلام صلوات کا علیہ و علی آبائی فی آز ساتھ و فی کل سوال من صادر من حار ولیم و فیضم و قائد و ناصرم و دلیلم و عینن حتی تسکنہو ارزاقات و امت متعفی ہا طویلہ یا رب الحسین بحق دم الحسین اسف صدر الحسین بے ظہور الحجت القامع آل محمد میرے لا صدقہ محمد و آل محمد دا مجلس پاک قبول تے مندی بان جان دی زندگی دراز فرما انہاں دے گھر چوں پریشانیاں دور فرما اپنیاں رحمتاں تے برکتاں دا نزول عطا فرما حاضرین دے گناہ معاف فرما مولا امام زمانہ علیہ السلام دا جلد ظہور فرما انہاں دی زیارت ساڈیاں انہاں مبارکاں دے نصیب فرما بابا زی بلند صلوات پڑھو پھر بھی مجلس دی قبولیت واسطے بابا زی بلند صلوات نعرہ تکبیر نعرہ تکبیر نعرہ رسالت نعرہ رسالت نعرہ حیدری نعرہ حیدری حسینیت یزیدیت البید دشمن تلانت صلوات سارے شہبان أعوذ بالله من الشيطان الرجيم بسم الله الرحمن الرحيم الصلاة الحمد لله سلام مولا اشرف الانبیاء والمرسلین نبی دی ذات صلوات الذی ضربتو علی فی یوم الخندق ابدلو من بعد تسکلائیں نعرہ حیدری ادبیاں اسلام دے دو جڑا بندہ شیعہ ہے شیعہ دے گھر جمع ہیں ماں دی جولی جلائے کے مجلس سندہ ہے یہ وہ نہیں سکدا خدا بہن بلاند نہ ہوئے یہ وہ نہیں سکدا وہ ماتم نہ کر بہن پڑھنا چاہنا آدھا پیاں اسلام دے دو
ਦਰਬਾਰਾਂ ਵਿੱਚ ਦੋ ਬੀਬੀਆਂ ਖੜੀਆਂ ਰਹੀਆਂ, ਇੱਕ ਧੀ ਨਬੀ ਦੀ ਦੂਜੀ ਧੀ ਅਲੀ ਦੀ, ਇਹਨਾਂ ਦੋਵੇਂ ਮਾਵਾਂ ਦੀਆਂ। ਅਗਲੀ ਗੱਲ ਆਦਾ ਪਿਆ ਇੱਕ ਦਰੈ ਘੰਟੇ ਇੱਕ ਨੌ ਘੰਟੇ ਨਿਰਵਾਰਨ ਦੇਂਦੀਆਂ ਰਹੀਆਂ। ਜੇ ਸੱਚ ਪੁੱਛਦੇ ਹੋ ਆਨ ਦੋਵੇਂ ਜ਼ਖਮੀ ਵਿੱਚ ਕਬਰ ਦੇ ਰੋਂਦੀਆਂ ਗਈ। ਮੈਂ ਬਿਸਮਿਲਾ ਕਰਾਂ, ਮੇਰੀ ਪਾਕ ਸੈਨ ਪੁੱਤਰਾਂ ਨੂੰ ਨਾਲ ਲੈ ਕੇ ਮੇਰੀ ਸੈਨ ਬਾਬੇ ਦਾਤ ਮੰਗਣ ਦਰਬਾਰ ਗਏ। ਇਹਨਾਂ ਕਮੀਨੀਆਂ ਮੁਸਲਮਾਨਾਂ ਤਖ਼ਤ ਨਸ਼ੀਨ ਬੀਬੀ ਨੂੰ ਆਂਦਾ ਡਿੱਠਾ ਹੈ, ਇੱਕ ਬੇ ਦੇ ਮੁਹਾਤਬ ਹੋ ਕੇ ਇਹਨਾਂ ਕਿਹੜੀ ਗੱਲ ਕੀਤੀ। ਇਹ ਮੁਸਲਮਾਨ ਆਦੇ ਨੇ ਅੱਜ ਪਹਿਲੀ ਵਾਰੀ ਦਰਬਾਰ ਦੇ ਵਿੱਚ ਪਈਏ ਨੂੰ ਇਮਰਾਨ ਦੀਆਂ ਦੀ ਇਹਦਾ ਕਦਮ ਨਾ ਦਰ ਤੂੰ ਆਏ ਬਾਹਰ ਆਇਆ ਸਨਾ ਕੁੱਲ ਨਬੀਆਂ ਇਹ ਆਦੇ ਨੇ ਇਹਦੀ ਕੋਈ ਨਹੀਂ ਮੰਨਣੀ ਦਰਬਾਰ ਦੇ ਵਿੱਚ ਭਾਵੇਂ ਕਸਮ ਚਾਵੇ ਪੁੱਤਰਾਂ ਦੀ ਦਿਓ ਇਹੋ ਜਿਹਾ ਹੱਕ ਹਸਨੈਣ ਦੀ ਮਾਂ ਕੋ ਜਾਵੇ ਘਰ ਤਾਈ ਉੱਠਦੀ ਬੰਦ। ਮੇਰੀ ਸੈਣ ਦਰਬਾਰ ਆਏ, ਮੇਰੀ ਸੈਣਾ ਦੀ ਇਹ ਮੁਸਲਮਾਨਾ ਹੋ, ਮੈਂ ਤੁਹਾਡੇ ਰਸੂਲ ਦੀ ਦੀਆਂ ਮੈਂ ਬਾਬੇ ਦਾਕ ਮੰਗਣਾ ਹੀ। ਤਰੇ ਘੰਟੇ ਖਲੋਤੀ ਰਹੀ ਇਹ ਮੁਸਲਮਾਨ ਹੱਸਦੇ ਰਹੇ। ਇੱਕ ਮੁਸਲਮਾਨ ਆਦੇ ਨੇ ਬੀਬੀ ਕੋਈ ਗਵਾਹ ਪੇਸ਼ ਕਰ। ਮੇਰੀ ਸੈਣ ਨੇ ਦੋਵਾਂ ਪੁੱਤਰਾਂ ਨੂੰ ਨਾਲ ਲੈ ਕੇ ਮੇਰੀ ਸੈਣਾ ਦੀ ਇਹ ਮੇਰੇ ਦੋਵੇਂ ਸ਼ਹਿਜ਼ਾਦੇ ਗਵਾਹ ਹਨ। ਇਹ ਮੁਸਲਮਾਨ ਆਦੇ ਨੇ ਸਾਨੂੰ ਕਬੂਲ ਨਹੀਂ, ਕੋਈ ਗਵਾਹ ਪੇਸ਼ ਕਰ। ਉਸ ਵੇਲੇ ਮੇਰੀ ਸੈਣ ਇਹ ਆਦੇ ਨੇ ਕੋਈ ਬਾਬੇ ਦਾ ਲਿਖਾ ਹੋਏ ਤੇ ਸਾਨੂੰ ਦੱਸਾ। ਮੇਰੀ ਪਾਕ ਸੈਣ ਨੇ ਬੁਰਕੇ ਚੋਂ ਹੱਥ ਪਾ ਕੇ ਬਾਬੇ ਦੇ ਹੱਥਾਂ ਦੀ ਲਿਖੀ ਹੋਈ ਤਰੀਰ ਮੇਰੀ ਸੈਣ ਨੇ ਇਹਨਾਂ ਦੇ ਹਵਾਲੇ ਕੀਤੀ। ਤੁਸੀਂ ਮੇਰੇ ਵੱਲ ਪਸ ਵੇਖੋ ਨਾ, ਇਹਨਾਂ ਦੇ ਹਵਾਲੇ ਕੀਤੀ ਹੈ। ਇਹਨਾਂ ਮੁਸਲਮਾਨਾਂ ਕੀ ਕੀਤਾ ਹੈ, ਇਹਨਾਂ ਤਰੀ ਦੇ ਪੁਰਦੇ ਕਰਕੇ ਜ਼ਮੀਨ 'ਤੇ ਸੱਟ ਛੋੜੇ। ਉਸ ਵੇਲੇ ਮੇਰੀ ਸੈਨ ਨੇ ਇਹਨਾਂ ਦੇ ਮੁਹਾਤਬ ਹੋ ਕੇ ਆਉਂਦੀ ਹੈ, ਮੇਰੇ ਪਿਓ ਦਾ ਤਖਤ ਸੰਭਾਲ ਗਿਦੋਈ, ਕਾਨੂੰਨ ਉਹਦੇ ਬਦਲਾ ਨਹੀਂ ਆ ਕੇ ਨਾ ਪਿਆ ਦੇ, ਉਹ ਮੇਰੇ ਪਿਓ ਦਾ ਲਿਖਿਆ ਮੇਰੇ ਪਾਕ ਗਵਾ ਝੁੱਟ ਲਾ ਲਈ। ਮੇਰੀ ਸੈਣਾ ਦੀ ਏ ਕਤਾਲ ਹੁਸੈਨ ਤੇ ਕੈਦ ਜ਼ੈਨਬ ਤੇ, ਮੇਰੇ ਸਾਹਮਣੇ ਮੋਹਰਾਂ ਲਾ ਨਹੀਂ ਮੇਰੇ ਪੁੱਤਰ ਮੋਏ, ਉਹ ਮੈਂ ਸਹਿ ਵੈਸਾ ਮੇਰੀ ਧੀ ਪਰਦੇਸ ਲਾ।